ਤੇ ਤੁਸੀਂ ਹੁਣ ਦੇਖੋ ਯਾਰ, ਸੂਰਜ ਜਦੋਂ ਅੱਜ ਮੈਂ ਸਵੇਰੇ ਬਾਈ 7 ਵਜੇ ਬਾਹਰ ਨਿਕਲਿਆ ਨਾ, ਮੀਂਹ ਪੈਂਦਾ ਸੀ ਯਾਰ, ਥੋੜਾ ਥੋੜਾ ਮੀਂਹ ਪੈਂਦਾ ਸੀ, ਜ਼ਿਆਦਾ ਨਹੀਂ। ਪਰ ਹੁਣ ਬਾਈ ਸੂਰਜ ਆਪਦਾ ਪੂਰਾ ਕੀ ਦਿਖਾ ਰਿਹਾ ਬਾਈ, ਕੀ ਦਿਖਾ ਰਿਹਾ? ਹੈਂ, ਚਮਤਕਾਰ ਦਿਖਾ ਰਿਹਾ। ਸਵਾਗਤ ਬਾਈ ਤੁਹਾਡਾ ਨਵੇਂ ਵਲੌਗ ਦੇ ਵਿੱਚ। ਫਿਰ ਜਦੋਂ ਯਾਰ ਮੈਂ ਧੁੱਪ ਨੂੰ ਦੇਖਿਆ, ਮੈਨੂੰ ਹੋਈ ਖੁਸ਼ੀ। ਤੇ ਫਿਰ ਮੈਂ ਕੀ ਕਰਿਆ ਬਾਈ, ਮੈਂ ਉੱਧਰ ਗਿਆ, ਉੱਧਰ ਕੀ ਕਰਕੇ ਆਉਂਦਾ ਤੁਹਾਨੂੰ ਮੈਂ ਉੱਧਰ ਜਾ ਕੇ ਦਿਖਾਉਣਾ। ਚਲੋ ਯਾਰ ਉੱਧਰ ਚੱਲਦੇ ਹਾਂ। ਯਾਰ ਇਹ ਬੱਚਾ ਮੈਨੂੰ ਇਹ ਗੱਲ ਕਹੀ ਜਾਂਦਾ, ਕਹਿੰਦਾ ਵੀ ਇਹ ਆਪਾਂ ਮੰਜੇ ਨੂੰ ਉੱਧਰ ਲੈ ਚੱਲਦੇ ਹਾਂ, ਵੀ ਫਿਰ ਹੁਣ ਗਰਮੀਆਂ ਨੇ ਵੀ ਆਪਾਂ ਕਬੂਤਰ ਵੀ ਉਡਾਇਆ ਕਰਨੇ ਆ, ਵੀ ਮੰਜੇ ਤੇ ਪੈ ਕੇ ਐਵੇਂ ਕਬੂਤਰ ਜਦੋਂ ਆਪਾਂ ਉੱਪਰ ਨੂੰ ਦੇਖਦੇ ਹਾਂ ਨਾ, ਵੀ ਆਸਾਨੀ ਨਾਲ ਦਿਖ ਜਾਂਦਾ। ਤੂੰ ਕੀ ਕਹਿੰਦਾ ਸੀ ਮੈਨੂੰ ਮੰਜੇ ਨੂੰ ਵੀ ਲੈ ਕੇ ਚੱਲਦੇ ਹਾਂ? ਹੈਂ, ਖਾਟ? ਇਹ ਯਾਰ ਖਾਟ ਕਹਿੰਦਾ, ਮੈਂ ਮੰਜਾ ਕਹਿੰਦਾ। ਚਲੋ ਇਹ ਬਾਅਦ ਵਿੱਚ ਲੈ ਜਾਂਗੇ, ਠੀਕ ਆ? ਹਾਂ ਸੱਚ ਯਾਰ, ਮੰਜਾ ਲਿਆਉਣ ਤੋਂ ਮੇਰੇ ਯਾਦ ਆ ਗਿਆ ਯਾਰ, ਇਨਕੂਬੇਟਰ ਵਿੱਚ ਰੱਖੇ ਹੋਏ ਸੀ ਆਪਣੇ 5 ਅੰਡੇ, ਤੇ ਉਹਨਾਂ ਦੇ ਵਿੱਚੋਂ ਬਾਈ ਬੱਚੇ ਆਉਣੇ ਵਾਲੇ ਸੀ ਬਾਹਰ। ਤੁਹਾਨੂੰ ਮੈਂ ਦੱਸਿਆ ਸੀ ਨਾ ਵੀ ਯਾਰ ਦਿਨ ਉੱਪਰ ਹੋ ਗਏ, ਪਰ ਕੋਈ ਵੀ ਬੱਚਾ ਬਾਹਰ ਨਹੀਂ ਆਇਆ। ਤੇ ਹੁਣ ਮੈਂ ਤੁਹਾਨੂੰ ਇਨਕੂਬੇਟਰ ਦਾ ਰਿਜ਼ਲਟ ਦਿਖਾਉਣਾ, ਕੀ ਆਇਆ। ਨੈਸ਼ ਆ ਬਾਈ, ਨੈਸ਼। ਲਵੀ ਖੋਲ ਗੇਟ। ਹਾਂ ਚੱਲ 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 ਚੱਲ, ਇਹਦਾ ਗੇਟ ਖੋਲ, ਇਹਦਾ ਵੀ ਇਨਕੂਬੇਟਰ ਦਾ। ਪਹਿਲਾਂ ਲਾਈਟ ਆਨ ਕਰ ਲਾ। ਤੇ ਇਨਕੂਬੇਟਰ ਵਿੱਚ ਯਾਰ ਬੱਚਾ ਇੱਕ, ਤੁਸੀਂ ਦੇਖੋ, ਓਏ ਹੋਏ ਮੈਂ ਪੱਖਾ ਲਾਤਾ, ਲਾਉਣੀ ਲਾਈਟ ਸੀ, ਕਿੱਥੋਂ ਲੱਗਦੀ ਆ ਲਾਈਟ ਯਾਰ, ਲੱਗੀ ਲੱਗੀ। ਤੇ ਦੇਖੋ ਦੇਖੋ ਬਈ, ਤੁਹਾਨੂੰ ਮੈਂ ਨੇੜੇ ਤੋਂ ਰਿਜ਼ਲਟ ਦਿਖਾ ਰਿਹਾ। ਇੱਕ ਅੰਡਾ ਟੁੱਟਿਆ ਹੋਇਆ, ਇਹ ਅੰਡੇ ਦੇ ਵਿੱਚੋਂ ਯਾਰ ਇਹ ਬੱਚਾ ਬਾਹਰ ਆਇਆ। ਇਹ ਬੱਚੇ ਨੂੰ ਮੈਂ ਕਾਫੀ ਵਾਰ ਨਾ ਐਵੇਂ ਯਾਰ ਬਿਠਾਉਣ ਦੀ ਕੋਸ਼ਿਸ਼ ਕਰੀ, ਐਵੇਂ ਵੀ ਐਵੇਂ ਬੈਠਾ ਰਹੇ, ਹੌਲੀ ਹੌਲੀ ਕਰਕੇ ਨਾ ਇਹਦੀ ਬੋਡੀ ਦੇ ਵਿੱਚ ਜਾਨ ਪੈ ਜੂਗੀ, ਆਪਦੇ ਆਪ ਠੀਕ ਹੋ ਜੂਗਾ। ਪਰ ਇਹ ਬੱਚਾ ਥੋੜ੍ਹੇ ਟਾਈਮ ਬਾਅਦ ਨਾ ਫਿਰ ਐਵੇਂ ਹੋ ਜਾਂਦਾ ਉਲਟਾ, ਐਵੇਂ ਯਾਰ ਐਵੇਂ ਹੋ ਜਾਂਦਾ ਥੋੜ੍ਹੇ ਟਾਈਮ ਬਾਅਦ। ਆ ਦੇਖੋ ਇਹਨੂੰ ਮੈਂ ਐਵੇਂ ਕਾਫੀ ਬਿਠਾਇਆ ਯਾਰ, ਪਰ ਇਹ ਬੱਚਾ ਬਾਈ ਇਹ ਐਵੇਂ ਨਹੀਂ ਬਹਿੰਦਾ। ਸ਼ਾਇਦ ਮੈਨੂੰ ਲੱਗਦਾ ਯਾਰ ਇਹ ਥੋੜ੍ਹੇ ਟਾਈਮ ਤੱਕ ਯਾਰ, ਇਸ ਤੋਂ ਤਾਂ ਵਧੀਆ ਨਾ ਬੱਚਾ ਡੈੱਡ ਹੋ ਜਾਵੇ, ਕਿਉਂਕਿ ਯਾਰ ਹੁਣ ਤਾਂ ਬੇਚਾਰਾ ਤੜਫ ਰਿਹਾ, ਨਾ ਤਾਂ ਇਹ ਫੀਡ ਖਾਣ ਜੋਗਾ, ਨਾ ਇਹ ਪਾਣੀ ਪੀਣ ਜੋਗਾ। ਤੁਹਾਡੇ ਯਾਦ ਹੋਊਗਾ ਬਾਈ, ਐਵੇਂ ਦਾ ਬੱਚਾ ਆਪਣੇ ਕੋਲ ਇੱਕ ਪਹਿਲਾਂ ਵੀ ਸੀ ਯਾਰ, ਇਨਕੂਬੇਟਰ ਵਿੱਚ ਬਾਹਰ ਨਿਕਲਿਆ ਸੀ। ਅੱਜ ਤੋਂ ਬਾਅਦ ਬਾਈ ਆਪਾਂ ਇਹ ਇਨਕੂਬੇਟਰ ਦੀ ਯਾਰ ਕਦੇ ਵੀ ਵਰਤੋਂ ਨਹੀਂ ਕਰਾਂਗੇ, ਕਿਉਂਕਿ ਇਹ ਇਨਕੂਬੇਟਰ ਸਹੀ ਨਹੀਂ ਗਾ। ਫਿਰ ਮੈਂ ਇਨਕੂਬੇਟਰ ਵਾਲੇ ਨੂੰ ਫੋਨ ਕਰਿਆ, ਮੈਂ ਕਿਹਾ ਵੀ ਯਾਰ ਜਦੋਂ ਮੈਨੂੰ ਪਤਾ ਲੱਗਿਆ ਵੀ ਅੰਡਿਆਂ ਦਾ ਟਾਈਮ ਉੱਪਰ ਹੋ ਗਿਆ, ਉਹਨੇ ਪਤਾ ਮੈਨੂੰ ਕੀ ਗੱਲ ਕਹੀ, ਕਹਿੰਦਾ ਵੀ ਇਹਦੇ ਵਿੱਚ ਇੱਕ ਮਸ਼ੀਨ ਹੁੰਦੀ ਆ ਵੀ ਉਹ ਨਵੀਂ ਬਣਾਉਂਦੀ ਹੁੰਦੀ ਆ, ਵੀ ਅੰਡੇ ਦੇ ਵਿੱਚ ਬੱਚਾ ਬਣ ਜਾਂਦਾ, ਕਹਿੰਦਾ ਇਸੇ ਕਰਕੇ ਵੀ ਅੰਡਾ ਟੁੱਟਦਾ ਨਹੀਂ, ਕਹਿੰਦਾ ਬੱਚਾ ਬਾਹਰ ਨਹੀਂ ਆਉਂਦਾ। ਹੁਣ ਆਪਾਂ ਉਸ ਦਿਨ ਅੰਡਿਆਂ ਦੀ ਕੈਂਡਲਿੰਗ ਕਰੀ ਸੀ, ਮੈਂ ਤੁਹਾਨੂੰ ਕਿਹਾ ਸੀ ਵੀ 2 ਅੰਡੇ ਠੀਕ ਨੇ। ਹੁਣ ਤੁਸੀਂ ਦੇਖੋ 2 ਦੇ ਵਿੱਚੋਂ 1 ਦੇ ਵਿੱਚ ਬੱਚਾ ਬਾਹਰ ਆ ਗਿਆ, 1 ਅੰਡੇ ਦੇ ਦੇਖ ਲੈਂਦੇ ਆ ਵੀ ਹੋਰ ਤੇ ਕ੍ਰੈਕ ਆਇਆ ਹੋਇਆ ਨਹੀਂ ਯਾਰ। ਹੋਰ ਤੇ ਹੁਣ ਇਹ ਇਨਕੂਬੇਟਰ ਨੂੰ ਕਰਦੇ ਆ ਬੰਦ। ਹਾਂ ਚਲੋ ਹੁਣ ਦੱਸੋ ਯਾਰ ਇਹਦੇ ਵਿੱਚ ਮੈਂ ਕੀ ਕਰਾਂ ਯਾਰ, ਮੈਨੂੰ ਸਮਝ ਆ ਗਿਆ। ਤੋੜ ਦੀ ਮਾਰਾ ਮੁੱਕਾ ਬੱਚੇ ਨੂੰ ਯਾਰ। ਸੈਂਟਰ ਲੌਕ ਬਾਈ ਖੋਲਣ ਦਾ ਇੰਨਾ ਚਾਹ, ਹਲੇ ਤੁਸੀਂ ਦੇਖੋ ਮੈਂ ਇੱਥੇ ਆ, ਖੋਲਿਆ ਆਪਦੇ ਆਪੇ ਖੁੱਲ ਗਿਆ, ਖੋਲਿਆ ਇੰਨਾ ਚਾਹ ਯਾਰ ਬੱਚੇ ਨੂੰ। ਤੁਸੀਂ ਦੇਖੋ ਮੇਰੇ ਤੋਂ ਅੱਗੇ ਹੋ ਕੇ ਗੇਟ ਖੋਲਦਾ ਹੈ, ਮੈਨੂੰ ਵੀ ਆ ਜਾਣ ਦੇ ਹੁਣ। ਸੈਂਟਰ ਲੌਕ ਤੈਨੂੰ ਖੋਲਣਾ ਤਾਂ ਆ ਗਿਆ, ਬੰਦ ਵੀ ਕਰਕੇ ਦਿਖਾ। ਚਲੋ ਦੇਖਦੇ ਆ ਵੀ ਬੰਦ ਕਰ ਲੂਗਾ, ਕਰ ਇਹ ਇੱਥੋਂ ਐਵੇਂ, ਔਰ ਬਾਈ ਇੱਥੋਂ ਐਵੇਂ। ਹਾਂ ਤੂੰ ਤਾਂ ਪੱਕਾ ਹੋ ਚੁੱਕਿਆ ਹੁਣ ਤੂੰ ਮੇਰਾ ਅੱਜ ਤੋਂ ਬਾਅਦ ਕੀ ਆ, ਬੈਸਟ ਫਰੈਂਡ ਆ, ਕਿਉਂਕਿ ਜਿਹਨੇ ਮੇਰਾ ਸੈਂਟਰ ਲੌਕ, ਸੌਰੀ ਜਿਹਨੇ ਮੇਰਾ ਨਹੀਂ, ਜਿਹਨੇ ਆਪਣੇ ਸੈਟਅਪ ਦਾ ਸੈਂਟਰ ਲੌਕ ਖੋਲ ਲਿਆ, ਇੱਧਰ ਦੇਖ ਲਾ ਕੁਛ ਨਹੀਂ ਕਹਿੰਦਾ ਮੁਰਗਾ ਤੈਨੂੰ, ਠੀਕ ਆ, ਉਹ ਮੇਰਾ ਬੈਸਟ ਫਰੈਂਡ। ਬਾਈ ਇਹ ਆਪਦੇ ਬੱਚੇ ਨੂੰ ਯਾਰ ਹਰ ਟਾਈਮ ਨਾਲ ਰੱਖਦੀ ਆ। ਪਹਿਲਾਂ ਤਾਂ ਇਹਨੇ ਕੁਛ ਕੁ ਟਾਈਮ ਤਾਂ ਕੋਈ ਵੀ ਪਰਿੰਦਾ ਇਹ ਬੱਚਿਆਂ ਵਾਲੀ ਮੁਰਗੀ ਦੇ ਕੋਲ ਜਾਂਦਾ ਸੀ ਨਾ, ਇਹ ਹਰ ਪਰਿੰਦੇ 'ਤੇ ਅਟੈਕ ਕਰਦੀ ਸੀ। ਹੁਣ ਇਹਨੂੰ ਪਤਾ ਲੱਗ ਗਿਆ ਵੀ ਮੈਂ ਤਾਂ ਬਸ ਇੱਥੇ ਫਿਰਨਾ, ਮੈਂ ਇਕੱਲੀ ਨੇ ਜਿੰਨਾ ਟਾਈਮ ਰਹਿਣਾ ਸੀ ਮੈਂ ਰਹਿ ਲਿਆ। ਵੀ ਗੱਬਰ ਤੂੰ ਮੈਨੂੰ ਦੇਖਦਾ ਨਾਲ ਦੀ ਨਾਲ ਉੱਠ ਖੜਦਾ ਹੈ, ਹੈਂ ਪਾਣੀ ਪੀਣਾ? ਇਹਨੇ ਯਾਰ ਪਾਣੀ ਪੀਣਾ, ਕਿਉਂਕਿ ਗੱਬਰ ਆਪਣਾ ਦਿਨ ਦੇ ਵਿੱਚ ਸਿਰਫ 1 ਵਾਰ ਪਾਣੀ ਪੀਂਦਾ। ਪਹਿਲਾਂ ਤਾਂ ਇਹਨੇ ਮੋਰਨਿੰਗ ਟਾਈਮ ਖਾਣਾ ਹੁੰਦਾ ਹਰਾ, ਔਰ ਉਸ ਤੋਂ ਬਾਅਦ ਪੀਣੀ
ਪੀਣੀ ਆ ਸੋਰੀ, ਉਸ ਤੋਂ ਬਾਅਦ ਖਾਣੀ ਹੁੰਦੀ ਆ ਫੀਡ ਤੇ ਉਸ ਤੋਂ ਬਾਅਦ ਪੀਣਾ ਹੁੰਦਾ ਪਾਣੀ। ਲੈ ਲਾ ਮਜਨੂੰ ਕਿੱਥੇ ਨੇ ਯਾਰ, ਮਜਨੂੰ ਮੇਰੀ ਗੱਲ ਸੁਣ ਯਾਰ ਤੂੰ, ਯਾਰ ਇਹ ਮਜਨੂੰ ਇੰਨਾ ਵਿਗੜਿਆ ਹੋਇਆ, ਇੰਨਾ ਵਿਗੜਿਆ ਹੋਇਆ, ਜੋ ਮੈਂ ਤੁਹਾਨੂੰ ਚੂਚਾ ਕਹਿੰਦਾ ਸੀ ਨਾ ਵੀ ਉਹ ਚੂਚੇ ਤੇ ਯਾਰ ਅਟੈਕ ਕਰਦਾ ਯਾਰ, ਉਹਦੇ ਐਸੇ ਅਟੈਕ ਕਰੇ, ਐਸੇ ਅਟੈਕ ਕਰੇ ਸਿਰ ਤੇ ਨਾ, ਐਡਾ ਵੱਡਾ ਯਾਰ ਜ਼ਖਮ ਕਰਤਾ ਮੈਨੂੰ, ਉਹ ਚੂਚੇ ਦਾ ਡਰ ਹੋ ਗਿਆ। ਮੈਂ ਕਿਹਾ ਵੀ ਜੇ ਮੈਂ ਇੱਥੇ ਛੱਡੂੰਗਾ ਇਹਨੇ ਅਟੈਕ ਕਰੀ ਜਾਣੇ ਆ ਵੀ ਉਹ ਚੂਚੇ ਦੇ ਨਾ ਫਿਰ ਯਾਰ ਸਿਰ ਦੇ ਵਿੱਚ ਕੀੜੇ ਪੈ ਜਾਣੇ ਆ। ਫਿਰ ਬਾਈ ਮੈਂ ਚੂਚੇ ਨੂੰ ਸਪੈਸ਼ਲੀ ਫੜਿਆ ਔਰ ਯਾਰ ਆ ਦੇਖੋ ਪਿੰਜਰੇ ਦੇ ਵਿੱਚ ਬੰਦ ਕਰਿਆ, ਸਰੋਂ ਦਾ ਤੇਲ ਔਰ ਬਾਈ ਹਲਦੀ ਨਾ ਮਿਕਸ ਕਰਕੇ ਲਾਈ। ਮੈਂ ਕਿਹਾ ਵੀ ਜਦੋਂ ਇਹਦਾ ਜ਼ਖਮ ਪੂਰਾ ਠੀਕ ਹੋ ਜਾਊਗਾ ਨਾ ਉਦੋਂ ਇਹਨੂੰ ਬਾਹਰ ਕੱਢਾਂਗੇ, ਫਿਰ ਬਾਈ ਲੈਲਾ ਮਜਨੂੰ ਸ਼ਾਇਦ ਕੀ ਪਤਾ ਇਹਦੇ ਨਾਲ ਉਨੇ ਟਾਈਮ ਨੂੰ ਯਾਰ ਲੜਾਈ ਵੀ ਕਰਨੀ ਭੁੱਲ ਜਾਵੇ। ਹਾਂ ਗੱਬਰ ਆ ਜਾ, ਆ ਜਾ ਯਾਰ, ਆ ਜਾ, ਮੈਨੂੰ ਪਤਾ ਇੱਥੇ ਮੈਂ ਕਿਤੇ ਵੀ ਜਾਵਾਂ ਉੱਥੇ ਜਾਵਾਂ ਉੱਥੇ ਜਾਵਾਂ ਤੂੰ ਮੇਰੇ ਪਿੱਛੇ ਪਿੱਛੇ ਰਹਿਣਾ, ਮੈਨੂੰ ਪਤਾ ਗੱਬਰ ਤੇਰਾ ਪਤਾ ਯਾਰ। ਸਾਰੇ ਪਰਿੰਦਿਆਂ ਤੋਂ ਜ਼ਿਆਦਾ ਇੱਧਰ ਪਹਿਲਾਂ ਤਾਂ ਮੈਂ ਕਹਿੰਦਾ ਹੁੰਦਾ ਸੀ ਮੈਨੂੰ ਟਰਕੀ ਪਿਆਰ ਕਰਦਾ, ਹੁਣ ਯਾਰ ਇੱਧਰ ਆ ਗਿਆ ਆਪਣਾ ਗੱਬਰ, ਹੁਣ ਮੈਨੂੰ ਸਾਰੇ ਪਰਿੰਦਿਆਂ ਤੋਂ ਜ਼ਿਆਦਾ ਗੱਬਰ ਪਿਆਰ ਕਰਦਾ। ਦੇਖੋ ਮੈਂ ਇੱਥੇ ਹਾਂ, ਆ ਦੇਖੋ ਮੈਂ ਤੁਹਾਨੂੰ ਹਰ ਵਲੌਗ ਦੇ ਵਿੱਚ ਇਹ ਚੀਜ਼ ਦਿਖਾਉਣੀ ਦਿਖਾਉਣਾ, ਆ ਦੇਖੋ ਲੈ ਲੈ ਦੱਸੋ ਯਾਰ। ਤੁਸੀਂ ਵੀ ਜਿਹਦਾ ਕੋਈ ਵੀ ਨਾ ਪਰਿੰਦਾ ਯਾਰ ਨਹੀਂ ਰੱਖਿਆ ਹੋਇਆ, ਕੋਈ ਵੀ ਕਿਸੇ ਦਾ ਜਾਨਵਰ ਨਹੀਂ ਰੱਖਿਆ, ਸਿਰਫ ਇੱਕ ਵਾਰ ਮੇਰੇ ਕਹੇ ਤੇ ਯਾਰ ਜੋ ਵੀ ਆਪਣਾ ਵਲੌਗ ਦੇਖਦਾ ਨਾ, ਚਾਹੇ ਤਾਂ ਕੋਈ ਪਰਿੰਦਾ ਰੱਖ ਲਓ ਚਾਹੇ ਬਾਈ ਕੋਈ ਜਾਨਵਰ ਰੱਖ ਲਓ, ਤੇ ਉਹਦੀ ਨਾ ਕੇਅਰ ਵਧੀਆ ਤਰੀਕੇ ਨਾਲ ਕਰੋ, ਉਹਨੂੰ ਹੈਂਡ ਟੇਮ ਕਰਨ ਦੀ ਕੋਸ਼ਿਸ਼ ਕਰੋ। ਫਿਰ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵੀ ਤੁਹਾਨੂੰ ਉਹ ਚਾਹੇ ਜਾਨਵਰ ਹੋਇਆ ਚਾਹੇ ਪਰਿੰਦਾ ਹੋਇਆ ਵੀ ਕਿੰਨਾ ਕੁ ਪਿਆਰ ਕਰਦਾ। ਬਾਈ ਇਨਸਾਨ ਤੋਂ ਜ਼ਿਆਦਾ ਪਿਆਰ ਇਹ ਕਰਦੇ ਆ ਆਪਾਂ ਨੂੰ ਯਾਰ। ਓਏ ਤੂੰ ਛੱਤ ਦੇ ਉੱਪਰ ਚਲਿਆ ਗਿਆ, ਇੱਥੇ ਆਇਆ, ਇੱਥੇ ਅੱਗੇ ਅੱਗੇ, ਹੁਣ ਮੈਂ ਛੱਤ ਦੇ ਉੱਪਰ ਜਾਣਾ, ਪਹਿਲੇ ਹੀ ਪਹੁੰਚ ਗਿਆ, ਚੱਲ ਮੈਂ ਆ ਗਿਆ। ਇਹਦੇ ਬੱਚੇ ਨੂੰ ਯਾਰ ਸਭ ਤੋਂ ਜ਼ਿਆਦਾ ਕਬੂਤਰਾਂ ਦਾ ਸ਼ੌਂਕ ਆ, ਤੈਨੂੰ ਕਬੂਤਰਾਂ ਦਾ ਜ਼ਿਆਦਾ ਸ਼ੌਂਕ ਆ ਜਾਂ ਬਾਈ ਆਹ ਪਰਿੰਦਿਆਂ ਦਾ ਜ਼ਿਆਦਾ ਸ਼ੌਂਕ ਆ? ਸਾਰਿਆਂ ਦਾ, ਸਾਰਿਆਂ ਦਾ ਯਾਰ, ਮੈਨੂੰ ਤਾਂ ਇਹ ਸੀ ਕਿਤੇ ਕਬੂਤਰਾਂ ਦਾ। ਆ ਗਿਆ ਮੈਂ ਵੀ, ਸਿਰਫ 2 ਮਿੰਟ ਰੁਕ ਜਾ, 2 ਗੱਲਾਂ ਮੈਂ ਸ਼ੇਅਰ ਕਰਕੇ ਆਇਆ, ਠੀਕ ਆ ਯਾਰ। ਲੈਲਾ ਮਜਨੂੰ ਦਾ ਆਪਾਂ ਇੱਥੇ ਪੂਲ ਬਣਾਇਆ ਸੀ ਵੀ ਜਦੋਂ ਵੀ ਮੈਂ ਇੱਧਰ ਤੋਂ ਆਊਂਗਾ ਲੈਲਾ ਮਜਨੂੰ ਮੈਨੂੰ ਹਰ ਟਾਈਮ ਨਾ ਪੂਲ ਦੇ ਵਿੱਚ ਦੇਖਣਗੇ। ਕੱਲ ਯਾਰ ਮੈਂ ਇਹਨਾਂ ਨੂੰ ਛੱਤ ਦੇ ਉੱਪਰ ਦੇਖਿਆ ਸੀ ਆਪਦੇ ਆਪ ਪੂਲ ਦੇ ਵਿੱਚ ਗਏ ਆ, ਪਰ ਬਹੁਤ ਥੋੜਾ ਜਾਂਦੇ ਆ। ਮੈਂ ਤਾਂ ਇਹ ਸੋਚ ਕੇ ਨਾ ਲਈ ਪੂਲ ਬਣਾਇਆ ਸੀ ਕਿਉਂਕਿ ਜਦੋਂ ਮੀਂਹ ਦਾ ਜਦੋਂ ਬਾਈ ਮੀਂਹ ਪੈਂਦਾ ਹੁੰਦਾ ਸੀ ਇੱਥੇ ਤੁਹਾਡੇ ਜਾ ਦੂਗਾ ਨਾ ਇੱਥੇ ਪਾਣੀ ਖੜ ਜਾਂਦਾ ਹੁੰਦਾ ਸੀ, ਉਹਦੇ ਵਿੱਚ ਆਪਣੇ ਲੈਲਾ ਮਜਨੂੰ ਬਹੁਤ ਜ਼ਿਆਦਾ ਖੁਸ਼ ਹੁੰਦੇ ਹੁੰਦੇ ਸੀ। ਮੈਨੂੰ ਤਾਂ ਇਹ ਸੀ ਯਾਰ ਪੂਲ ਦੇ ਵਿੱਚ ਵੀ ਬਾਈ ਉਵੇਂ ਹਰ ਟਾਈਮ ਰਹਿਣਗੇ ਵੀ ਬਹੁਤ ਜ਼ਿਆਦਾ ਖੁਸ਼ ਹੋਣਗੇ, ਪਰ ਬਾਈ ਜਦੋਂ ਇਹਨਾਂ ਦਾ ਦਿਲ ਕਰਦਾ ਉਦੋਂ ਹੀ ਜਾਂਦੇ ਆ। ਤੇ ਹੁਣ ਮੈਂ ਇੱਕ ਵਾਰ ਕਰਕੇ ਦੇਖਦਾ ਵੀ ਮੈਂ ਇਕੱਲਾ ਬੰਦਾ ਇਹਨਾਂ ਨੂੰ ਪੂਲ ਦੇ ਵਿੱਚ ਕਰ ਦੂੰਗਾ, ਕਿਉਂਕਿ ਪਹਿਲਾਂ ਜਦੋਂ ਪੂਲ ਦੇ ਵਿੱਚ ਕਰਨਾ ਹੁੰਦਾ ਸੀ ਨਾ ਇੱਕ ਬੰਦੇ ਨੂੰ ਮੈਂ ਉੱਥੇ ਖੜਾਉਂਦਾ ਸੀ, ਇੱਕ ਬੰਦੇ ਨੂੰ ਮੈਂ ਇੱਥੇ ਖੜਾਉਂਦਾ ਸੀ, ਆਪ ਮੈਂ ਇੱਥੇ ਖੜਦਾ ਸੀ, ਤੇ ਹੁਣ ਮੈਂ ਇਕੱਲਾ। ਲੈ ਲਾ ਮਜਨੂੰ ਅੱਜ ਮੈਂ ਤੁਹਾਨੂੰ ਇਕੱਲਾ ਬੰਦਾ ਪੂਲ ਦੇ ਵਿੱਚ ਕਰਨ ਲੱਗਿਆ, ਠੀਕ ਆ। ਇੱਕ ਵਾਰ ਪੂਲ ਦੇ ਵਿੱਚ ਚਲੇ ਜਾਓ, ਉਸ ਤੋਂ ਬਾਅਦ ਮੈਂ ਤੁਹਾਨੂੰ ਤੰਗ ਨਹੀਂ ਕਰੂੰਗਾ। ਤੰਗ ਤਾਂ ਵੈਸੇ ਹੁਣ ਵੀ ਨਹੀਂ ਕਰਦਾ ਯਾਰ, ਮੈਂ ਤਾਂ ਇਹਨਾਂ ਨੂੰ ਹੱਥ ਵੀ ਨਹੀਂ ਲਾਉਣਾ, ਬਸ ਐਵੇਂ ਇਹਨਾਂ ਦੇ ਪਿੱਛੇ ਪਿੱਛੇ ਜਾਊਂਗਾ ਇਹਨਾਂ ਨੂੰ, ਬਸ ਯਾਰ ਮੈਂ ਪੂਲ ਦੇ ਵਿੱਚ ਨਾ ਹਰ ਟਾਈਮ ਰਹਿਣ ਦੀ ਆਦਤ ਪਾਉਣੀ ਆ। ਚਲੋ ਚਲੋ, ਓਏ ਹੋਏ ਹੋਏ, ਲੈਲਾ ਚਲੀ ਗਈ ਪੂਲ ਦੇ ਵਿੱਚ, ਚੱਲ ਬਈ ਮਜਨੂੰ ਤੂੰ ਵੀ ਮਾਰ ਛਾਲ ਯਾਰ। ਲੈਲਾ ਦੇਖ ਆਪਦੀ ਜ਼ਿੰਦਗੀ ਨੂੰ ਜੀ ਰਹੀ ਆ ਬਈ, ਜੀ ਰਹੀ ਆ, ਤੂੰ ਵੀ ਜ਼ਿੰਦਗੀ ਨੂੰ ਜੀ ਲਾ ਮਜਨੂੰ, ਮਜਨੂੰ ਨੂੰ ਪੂਲ ਦੇ ਵਿੱਚ ਕਰਨਾ। ਮੈਨੂੰ ਇਹ ਆ ਵੀ ਲੈਲਾ ਨਾ ਬਾਹਰ ਨਿਕਲਿਆ ਬਈ, ਚੱਲ ਆਪਦੇ ਆਪ ਚੱਲ ਚੱਲ, ਇੱਕ ਮਿੰਟ ਆ ਦੇਖੋ ਉਹੀ ਹੋ ਗਿਆ ਨਾ ਕੰਮ। ਚਲੋ ਹੁਣ ਆਪਾਂ ਨੂੰ ਇੰਨਾ ਕੁ ਤਾਂ ਪਤਾ ਲੱਗ ਗਿਆ ਵੀ ਆਪਣੇ ਲੈਲਾ ਮਜਨੂੰ ਪੂਲ ਦੇ ਵਿੱਚ ਜਾਂਦੇ ਆ ਜਦੋਂ ਬਾਈ ਇਹਨਾਂ ਦਿਲ ਕਰਦਾ ਉਦੋਂ ਹੀ ਜਾਂਦੇ ਆ, ਤੇ ਗੱਬਰ ਬਾਈ ਇੱਥੇ ਖੜਾ। ਓਏ ਕਿਉਂ ਯਾਰ ਬੱਚਿਆਂ ਵਾਲੀ ਮੁਰਗੀ, ਮੈਨੂੰ ਤਾਂ ਇਹ ਸੀ ਵੀ ਤੂੰ ਕਿਸੇ ਵੀ ਪਰਿੰਦੇ ਨਾਲ ਲੜਾਈ ਨਹੀਂ ਕਰਦੀ, ਮੈਂ ਤੇਰੀ ਹਲੇ 2 ਮਿੰਟ ਪਹਿਲਾਂ ਸਿਫਤ ਕਰਕੇ ਹਟਿਆ, ਤੂੰ ਇੱਧਰ ਕੋਈ ਪਰਿੰਦਾ ਜਾਂਦਾ ਯਾਰ, ਇਹ ਤਾਂ ਕਿਸੇ ਨੂੰ ਵੀ ਨਹੀਂ ਇੱਧਰ ਟਿਕਣ ਦਿੰਦੀ, ਸਾਰੇ ਆਪਣੇ ਪਰਿੰਦੇ ਇਸੇ ਕਰਕੇ ਦੇਖੋ ਤੁਸੀਂ ਇੱਧਰ ਇੱਧਰ ਫਿਰਦੇ ਆ, ਇੱਧਰ ਕੁਛ ਵੀ ਨਹੀਂ ਹੋਣਾ ਬਾਈ, ਕੁਛ ਵੀ ਨਹੀਂ ਗਾ ਇੱਧਰ ਯਾਰ। ਜੋ ਬਾਈ ਇਹ ਚੂਚਾ ਨਾ ਇਹਨੂੰ ਛਾਂ ਦੇ ਵਿੱਚ ਕਰ ਦਿੰਦੇ ਆ,
ਇਹਨੂੰ ਕਰ ਦਿੰਦੇ ਆ ਇੱਕ ਮਿੰਟ ਉਹ ਇੱਕ ਮਿੰਟ ਇੱਕ ਮੋ ਇੱਕ ਮਿੰਟ ਯਾਰ ਤੇਰੇ ਫਾਇਦੇ ਲਈ ਉਹ ਤੈਨੂੰ ਪਿੰਜਰੇ ਦੇ ਵਿੱਚ ਬੰਦ ਕਰਿਆ ਤੈਨੂੰ ਮੈਂ ਹੁਣ ਜੇ ਖੁੱਲਾ ਛੱਡਤਾ ਦੇਖਿਆ ਤੇਰੇ ਕੋਲ ਮਜਨੂੰ ਕਿਵੇਂ ਆਉਂਦਾ ਫਿਰ ਜਾਂ ਤਾਂ ਮਜਨੂੰ ਦਾ ਬਰਾਬਰ ਮੁਕਾਬਲਾ ਕਰ ਉਹਨੂੰ ਡਰਾ ਦੇ ਪਾਣੀ ਆਪਣੇ ਪਰਿੰਦਿਆਂ ਦਾ ਯਾਰ ਜਦੋਂ ਮੈਂ ਮਾਰਨਿੰਗ ਟਾਈਮ ਆਉਣਾ ਮੈਂ ਢੱਕ ਕੇ ਰੱਖਦਾ ਉਹਨਾਂ ਤੁਸੀਂ ਦੇਖੋ ਪਾਣੀ ਸਾਫ਼ ਪਿਆ ਆਹ ਲੈ ਵੀ ਗੱਬਰ ਪੀ ਲੈ ਪਾਣੀ ਮੈਨੂੰ ਪਤਾ ਵੀ ਤੇਰਾ ਪਾਣੀ ਦਾ ਟਾਈਮ ਹੋ ਗਿਆ ਕੀ ਹੋ ਗਿਆ ਕਿੱਥੇ ਆ ਕਾਲਾ ਕਬੂਤਰ ਆਇਆ ਮੈਨੂੰ ਤਾਂ ਦਿਖਦਾ ਨੀ ਕਾਲਾ ਕਬੂਤਰ ਓਏ ਉਹ ਤਾਂ ਜੰਗਲੀ ਕਬੂਤਰ ਹੋ ਗਿਆ ਦੇਖੋ ਯਾਰ ਗੱਬਰ ਆਪਣਾ ਪਾਣੀ ਪੀਣ ਲੱਗ ਗਿਆ ਜੋ ਤੇਰੀ ਅੱਜ ਦੇ ਦਿਨ ਦੀ ਬਾਈ ਸਾਰੀ ਪਿਆਸਾ ਗੱਬਰ ਹੋ ਗਈ ਖਤਮ ਹੋ ਗਈ ਹੋ ਗਈ ਬਾਈ ਹੋ ਗਈ ਇਹੀ ਪਾਣੀ ਨਾ ਆਪਣੇ ਪਰਿੰਦਿਆਂ ਦਾ ਸਾਰਾ ਯਾਰ ਸ਼ਾਮ ਤੱਕ ਚੱਲਣਾ ਤੇ ਇਹਨੂੰ ਰੱਖ ਦਿੰਦੇ ਇੱਕ ਮੈਂ ਤੈਨੂੰ ਗੱਲ ਹੋਰ ਦੱਸਦਾ ਉਰੇ ਆ ਪਹਿਲਾਂ ਮੇਰੇ ਕੋਲ ਆ ਜਾ ਉਰੇ ਆ ਦੇਖ ਤੇਰੇ ਲਈ ਮੈਂ ਖੁੱਲ ਹੀ ਬਣਾਈ ਸੀ ਵੀ ਤੈਨੂੰ ਹਰਾ ਮੈਂ ਇਹਦੇ ਵਿੱਚ ਪਾਇਆ ਕਰੂੰਗਾ ਅੱਜ ਯਾਰ ਆਪਾਂ ਪਹਿਲੇ ਦਿਨ ਗੱਬਰ ਨੂੰ ਇਹਦੇ ਵਿੱਚ ਹਰਾ ਪਾਵਾਂਗੇ ਤੇ ਆਪਾਂ ਦੇਖਾਂਗੇ ਵੀ ਗੱਬਰ ਇਹਦੇ ਵਿੱਚ ਹਰਾ ਖਾਂਦਾ ਜਾਂ ਫਿਰ ਇਹਦੇ ਵਿੱਚ ਬਾਈ ਉੱਪਰਾ ਮੰਨਦਾ ਪਹਿਲੇ ਦਿਨ ਪਾਉਣਾ ਨਾ ਠੀਕ ਆ ਗੱਬਰ ਖਾਏਗਾ ਰਾ ਹੈ ਖਾਏਗਾ ਖਾਊਗਾ ਵੀ ਖਾਊਗਾ ਹੁਣ ਤੂੰ ਮੇਰੇ ਨਾਲ ਛੱਤ ਤੇ ਵੀ ਜਾਣਾ ਯਾਰ ਗੱਬਰ ਤਾਂ ਜੇ ਪੌੜੀ ਤੇ ਨੂੰ ਆਪਾਂ ਚੜ੍ਹਨਾ ਸਿਖਾ ਦਈਏ ਨਾ ਨਾਲ ਦੀ ਨਾਲ ਛੱਤ ਤੇ ਵੀ ਆ ਜਾ ਕਰੂ ਦੇਖੋ ਤਾਂ ਸੀ ਕਿਵੇਂ ਦੇਖਦਾ ਮੈਨੂੰ ਵਿਚਾਰਾ ਗੱਬਰ 10-15 ਮਿੰਟ ਵੇਟ ਕਰ ਮੈਂ ਆ ਗਿਆ ਤੇ ਜਦੋਂ ਯਾਰ ਅੱਜ ਥੋੜੀ ਜਿਹੀ ਧੁੱਪ ਮੈਨੂੰ ਲੱਗੀ ਨਾ ਵੀ ਮੈਂ ਕਿਹਾ ਚਲੋ ਥੋੜੀ ਜਿਹੀ ਧੁੱਪ ਨਿਕਲ ਆਈ ਵੀ ਅੱਜ ਆਪਾਂ ਇਹ ਕਬੂਤਰਾਂ ਦੇ ਬੱਚਿਆਂ ਨੂੰ ਬਾਹਰ ਕੱਢ ਦਿੰਦੇ ਹਾਂ ਇਹ ਨੇ ਬਾਈ ਲੱਕੇ ਕਬੂਤਰਾਂ ਦੇ ਬੱਚੇ ਯਾਰ ਇਹ ਉਡਾਰੀ ਵਾਲੇ ਕਬੂਤਰਾਂ ਦਾ ਬੱਚਾ ਮੈਂ ਤੁਹਾਨੂੰ ਬਾਹਰ ਕੱਢ ਕੇ ਦਿਖਾਉਣਾ ਆਹ ਦੇਖੋ ਯਾਰ ਇਹਦੀ ਗਰੋਥ ਇੱਥੇ ਰੁਕ ਚੁੱਕੀ ਹੈ ਤੇ ਜੋ ਇਹਦੇ ਮਾਂ ਬਾਪ ਨੇ ਇਹਨੂੰ ਦਾਣਾ ਵੀ ਪੂਰਾ ਯਾਰ ਪੇਟ ਭਰਮਾ ਦਿੰਦੇ ਆ ਪਰ ਇਹ ਬੱਚੇ ਦੀ ਇੱਥੇ ਗਰੋਥ ਯਾਰ ਪਤਾ ਨਹੀਂ ਕਿਉਂ ਰੁਕ ਚੁੱਕੀ ਆ ਜੇ ਇਹਦਾ ਕੋਈ ਵੀ ਇਹਨਾਂ ਇਲਾਜ ਹੋਇਆ ਤਾਂ ਮੈਨੂੰ ਜ਼ਰੂਰ ਯਾਰ ਕਮੈਂਟਾਂ ਦੇ ਵਿੱਚ ਦੱਸਿਓ ਬਹੁਤ ਬਾਈ ਵੱਡਾ ਹੋ ਕੇ ਪਿਆਰਾ ਬੱਚਾ ਬਣੂਗਾ ਕਿਉਂਕਿ ਇਹ ਬੱਚੇ ਦੀ ਮਾਂ ਵੀ ਬਹੁਤ ਉੱਡਦੀ ਸੀ ਬਾਈ ਇਹ ਬੱਚੇ ਦਾ ਬਾਪ ਵੀ ਬਹੁਤ ਉੱਡ ਉਹ ਰਹਿਣ ਦਿਓ ਐਂ ਨਾ ਚੱਕੋ ਇਹਨਾਂ ਨੂੰ ਤੁਸੀਂ ਤਾਂ ਇਹਨਾਂ ਨੂੰ ਐਂ ਚੱਕ ਲਿਆ ਯਾਰ ਜਿਵੇਂ ਇਹ ਜਾਨ ਨਹੀਂ ਹੁੰਦੀ ਇਹਨਾਂ 'ਚ ਜਾਨ ਆ ਬਾਈ ਇਹਨਾਂ ਦੀ ਰਿਸਪੈਕਟ ਕਰਿਆ ਕਰੋ ਅੱਛਾ ਬੇਜਵਾਨ ਨੇ ਇਹ ਤੇ ਇਹਨਾਂ ਨੂੰ ਯਾਰ ਮੈਂ ਥੋੜ੍ਹੇ ਟਾਈਮ ਤੱਕ ਅੰਦਰ ਛੱਡ ਦੂੰਗਾ ਅਤੇ ਕਿਉਂਕਿ ਅੱਜ ਧੁੱਪ ਜ਼ਿਆਦਾ ਤੇਜ਼ ਨਹੀਂ ਹੈਗੀ 5-10-15 ਮਿੰਟ ਹੋਰ ਲੱਗ ਜੂਗੀ ਆਹ ਦੇਖੋ ਯਾਰ ਬੱਚੇ ਇਹ ਉਹੀ ਬੱਚੇ ਨੇ ਬਾਈ ਜਿਨ੍ਹਾਂ ਦੀ ਗਰੋਥ ਇਹ ਕਬੂਤਰ ਦੇ ਬੱਚੇ ਵਾਂਗ ਰੁਕ ਗਈ ਸੀ ਅਤੇ ਹੁਣ ਇਹਨਾਂ ਦੀ ਗਰੋਥ ਦੇਖੋ ਇਹਨਾਂ ਨੂੰ ਮੈਂ ਤਕਰੀਬਨ 7-8 ਦਿਨ ਨਾ ਸਰੋਂ ਆਪਦੇ ਹੱਥੀਂ ਦਿੱਤੀ ਆ ਸਰੋਂ ਤਾਂ ਯਾਰ ਮੈਂ ਇਹਨੂੰ ਵੀ ਦਿੰਦਾ ਇਹਦੀ ਗਰੋਥ ਹੋ ਨਹੀਂ ਰਹੀ ਪੈਸੀ ਇਹਨਾਂ ਦੀ ਗਰੋਥ ਹੋ ਗਈ ਆਹ ਦੇਖੋ ਇਹ ਕਬੂਤਰ ਹੋਊਗਾ ਇਹ ਕਬੂਤਰੀ ਹੋਊਗੀ ਹੈ ਨਾ ਅਤੇ ਗੇਟ ਕਰ ਦਿੰਦੇ ਹਾਂ ਬੰਦ